ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਮੈਂ ਡਾਕਟਰ ਅਜੀਤ ਕੁਮਾਰ ਪ੍ਰੋਫੈਸਰ ਵੈਟਰਨਰੀ ਗਾਇਨਕੋਲੋਜੀ ਅਤੇ オਬਸਟੈਟਿਕਸ ਡਿਪਾਰਟਮੈਂਟ ਦੇ ਵਿੱਚ ਗੜਵਾਸੂ ਦੇ ਵਿੱਚ ਹਾਂ ਅੱਜ ਮੈਂ ਗੱਲ ਕਰਾਂਗਾ ਕਿ ਬਰੀਡਿੰਗ ਸੌਂਡਨੈਸ ਬੁੱਲ ਦੀ ਕਿਵੇਂ ਕਰੀਏ ਬੁੱਲ ਦੀ ਪਛਾਣ ਕਿਵੇਂ ਕਰੀਏ ਕਿ ਇਹ ਬਰੀਡਿੰਗ ਵਾਸਤੇ ਬਹੁਤ ਵਧੀਆ ਹੈ ਬਰੀਡਿੰਗ ਬੁੱਲ ਦੀ ਗੱਲ ਕਰਦੇ ਹਾਂ ਇਹ ਬਫਲੋ ਬੁੱਲ ਹੈ ਮੁਰਰਾ ਨਸਲ ਦਾ ਤੇ ਇਹ ਬੁੱਲ ਬਰੀਡਿੰਗ ਵਾਸਤੇ ਜਦੋਂ ਸਿਲੈਕਟ ਕਰਨਾ ਹੁੰਦਾ ਉਹ ਬਹੁਤ ਹੀ ਚੁਸਤ ਅਤੇ ਤੰਦਰੁਸਤ ਹੋਣਾ ਚਾਹੀਦਾ ਜਦੋਂ ਆਪਾਂ ਤੰਦਰੁਸਤ ਕਹਿੰਦੇ ਆਂ ਤੇ ਬਹੁਤ ਜ਼ਿਆਦਾ ਮੋਟਾ ਨਾ ਹੋਵੇ ਬਹੁਤ ਜ਼ਿਆਦਾ ਭਾਰਾ ਨਾ ਹੋਵੇ ਕਿਉਂਕਿ ਜਿਹੜਾ ਬੁੱਲ ਬਹੁਤ ਜ਼ਿਆਦਾ ਚਰਬੀਦਾਰ ਹੁੰਦਾ ਚਰਬੀ ਹੈ ਬਹੁਤ ਜ਼ਿਆਦਾ ਤੇ ਉਹ ਉਹਦੇ ਵਿੱਚ ਅ ਉਹ ਚੜਨ ਵਾਲੇ ਮਾਉਂਟ ਕਰਨ ਦੀ ਐਬਿਲਿਟੀ ਘਟ ਜਾਂਦੀ ਚੰਗੀ ਤਰ੍ਹਾਂ ਚੜਦਾ ਨਹੀਂ ਤੇ ਸੀਮਨ ਕੁਆਲਿਟੀ ਵੀ ਵਧੀਆ ਨਹੀਂ ਹੁੰਦਾ ਤੇ ਚੁਸਤ ਇਦਾਂ ਫੁਰਤੀਲਾ ਹੋਣਾ ਚਾਹੀਦਾ ਬੁੱਲ ਨੂੰ ਤੇ ਦੂਜੀ ਗੱਲ ਇਹ ਹੈ ਕਿ ਇੰਨਾ ਵੀ ਜ਼ਿਆਦਾ ਮਾੜਾ ਮਾੜੇ ਕੰਡੀਸ਼ਨ 'ਚ ਨਹੀਂ ਹੋਵੇ ਕਿ ਬਿਲਕੁਲ ਹੱਡੀਆਂ ਦਿਖਦੀ ਹੋਵੇ ਉਸ ਤੋਂ ਬਾਅਦ ਸਭ ਤੋਂ ਵੱਡੀ ਗੱਲ ਹੈ ਦੇਖਣ ਦੀ ਕਿ ਇਹਦੇ ਅੱਖ, ਨੱਕ ਤੇ ਕੰਨ ਇਹ ਬਹੁਤ ਵਧੀਆ ਹੋਵੇ ਕਿਉਂਕਿ ਇਹ ਸੁਗੰਧ ਦੀ ਸ਼ਕਤੀ, ਵੇਖਣ ਦੀ ਸ਼ਕਤੀ ਅਤੇ ਸੁਣਨ ਦੀ ਸ਼ਕਤੀ ਨਾਲ ਇਹਦੀ ਪ੍ਰਜਨਨ ਸ਼ਮਤਾ ਤੇ ਚੜ੍ਹਨ ਦੀ ਸ਼ਮਤਾ ਇਹਦੀ ਲਿਬਿਡੋ ਕਹਿੰਦੇ ਇਹਨੂੰ ਸੈਕਸੂਅਲ ਡਿਜ਼ਾਇਰ ਕਹਿੰਦੇ ਤੇ ਇਹ ਬਹੁਤ ਜ਼ਰੂਰੀ ਹੈ ਨਾਖ ਚ ਦੇਖਣਾ ਹੁੰਦਾ ਕਿ ਕੋਈ ਇਨਫੈਕਸ਼ਨ ਤਾਂ ਨਹੀਂ ਹੈ ਕੋਈ ਰੇਸਾ ਜਾ ਤਾਂ ਨਹੀਂ ਆ ਰਿਹਾ ਪਾਣੀ ਨਹੀਂ ਆ ਰਿਹਾ ਅੱਖ ਦੇ ਵਿੱਚ ਇਹ ਦੇਖਣਾ ਹੁੰਦਾ ਕਿ ਕੋਈ ਅੰਨਤ ਨਹੀਂ ਹੋ ਗਿਆ ਕੋਈ ਕੀੜੇ ਤਾਂ ਨਹੀਂ ਪੈ ਗਏ ਕੋਈ ਇਨਫੈਕਸ਼ਨ ਤਾਂ ਨਹੀਂ ਹੈ ਅੱਖਾਂ ਤੋਂ ਪਾਣੀ ਤਾਂ ਨਹੀਂ ਆ ਰਿਹਾ ਕੰਨ ਦੇ ਵਿੱਚ ਕੋਈ ਇਨਫੈਕਸ਼ਨ ਤਾਂ ਨਹੀਂ ਹੈ ਸਿੰਘ ਵੀ ਬਹੁਤ ਵਧੀਆ ਹੋਣਾ ਚਾਹੀਦਾ ਸਿੰਘ ਦਾ ਕੈਂਸਰ ਬਹੁਤ ਕਾਮਨ ਤਾਂ ਨਹੀਂ ਪਰ ਫਿਰ ਵੀ ਹੋ ਜਾਂਦਾ ਕਈ ਵਾਰੀ ਤੇ ਜਦੋਂ ਸਿੰਘ ਦਾ ਕੈਂਸਰ ਹੋ ਜਾਂਦਾ ਉਹ ਬੁੱਲ ਬੇਕਾਰ ਹੋ ਜਾਂਦਾ ਅੰਡੋਕੋਸ ਜਿਹੜਾ ਰਿਪਰੋਡਕਟਿਵ ਸਿਸਟਮ ਹੈ ਇਹ ਬਹੁਤ ਇੰਪੋਰਟੈਂਟ ਹੈ ਤੇ ਇਹ ਅੰਡਕੋਸ ਬਹੁਤ ਵਧੀਆ ਹੋਣਾ ਚਾਹੀਦਾ ਕੋਈ ਇਨਫੈਕਸ਼ਨ ਨਾ ਹੋਵੇ ਕੋਈ ਸੋਜ ਨਾ ਹੋਵੇ ਤੇ ਦੋਨੋਂ ਉਹਦੀ ਗੋਲੀਆਂ ਜਿਹੜੇ ਹਨ ਬਹੁਤ ਇੱਕ ਸਾਈਜ਼ ਦਾ ਹੋਵੇ ਤੇ ਉਹ ਵੱਡਾ ਹੋਵੇ ਜੇ ਵੱਡਾ ਅੰਡਕੋਸ ਵੱਡਾ ਹੈ ਇਹਦਾ ਮਤਲਬ ਇਹ ਹੋਇਆ ਉਹਦੇ ਵਿੱਚ ਸ਼ੁਕਰਾਂ ਨੂੰ ਪ੍ਰੋਡਿਊਸ ਕਰਨ ਦੀ ਸ਼ਮਤਾ ਬਹੁਤ ਜ਼ਿਆਦਾ ਹੈ ਜੇ ਛੋਟ ਗੋਲੀਆਂ ਜੇ ਛੋਟੇ ਹੋਣ ਜੇ ਅੰਡਕੋਸ ਛੋਟੇ ਹੋਣ ਤੇ ਇਹਦੇ ਵਿੱਚ ਸਪਰਮ ਇਹ ਸ਼ੁਕਰਾਨੂ ਪ੍ਰੋਡਿਊਸ ਕਰਨ ਦੀ ਸ਼ਮਤਾ ਘਟ ਹੁੰਦੀ ਇਸ ਕਰਕੇ ਇਹ ਬਹੁਤ ਜ਼ਰੂਰੀ ਹੈ ਇਹ ਜਿਹੜਾ ਜੋਇੰਟ ਹੈ ਇਹ ਨੂੰ ਹਾਕ ਜੋਇੰਟ ਕਹਿੰਦੇ ਇਹ ਜੇ ਬਿਲਕੁਲ ਸਿੱਧਾ ਹੋ ਗਿਆ ਸਟ੍ਰੇਟ ਹੋ ਗਿਆ ਤਾਂ ਵੀ ਠੀਕ ਨਹੀਂ ਹੈ ਜੇ ਬਹੁਤ ਜ਼ਿਆਦਾ ਕਰਵ ਹੈ ਮੁੜਿਆ ਹੋਇਆ ਤਾਂ ਵੀ ਠੀਕ ਨਹੀਂ ਹੁੰਦਾ ਤੇ ਇਹ ਜੇ ਸਟ੍ਰੇਟ ਹੋ ਗਿਆ ਇਹ ਫਿਰ ਬੁੱਲ ਉਹ ਜਾ ਚੜਦਾ ਨਹੀਂ ਹੈ ਇਸ ਕਰਕੇ ਇਹ ਤਕਰੀਬਨ ਐਂਗਲ 140 145 ਡਿਗਰੀ ਹੋਣਾ ਜ਼ਰੂਰੀ ਹੈ ਜਿਹੜੀ ਹਾਕ ਜੋਇੰਟ ਦੀ ਪ੍ਰੋਬਲਮ ਹੈ ਇਹ ਹੈਰਿਟੇਬਲ ਟ੍ਰੇਟ ਹੈ ਮਤਲਬ ਇਹ ਖਾਨਦਾਨੀ ਅ ਅਗਲੇ ਪੀੜੀ ਪੀੜੀ ਦਾ ਪੀੜ੍ਹੀ ਚੱਲਦਾ ਇਸ ਕਰਕੇ ਇਹ ਬਹੁਤ ਜ਼ਰੂਰੀ ਹੈ ਦੇਖਣਾ ਫਿਰ ਇਹ ਦੇਖਣਾ ਜ਼ਰੂਰੀ ਹੁੰਦਾ ਕਿ ਇਹਦਾ ਇਹ ਪ੍ਰਫਿਊਸ ਹੈ ਜਿਹੜਾ ਇਹ ਜਿਹੜਾ ਚਮੜੀ ਹੈ ਇਹ ਚਮੜੀ ਉਹ ਸਹੀ ਹੈ ਕਿ ਨਹੀਂ ਹੈ ਜੇ ਉਹ ਚਮੜੀ ਸਹੀ ਨਹੀਂ ਹੈ ਜੁੜੀ ਹੋਈ ਹੈ ਇੰਦਰੀ ਨਾਲ ਤੇ ਉਹ ਉਹ ਜਆ ਬੁੱਲ ਬਹੁਤ ਵਧੀਆ ਸੀਮਨ ਨਹੀਂ ਦਿੰਦਾ ਤੇ ਇਸ ਕਰਕੇ ਜੇ ਕਿਸਾਨ ਵੀਰ ਇਹੋ ਜੀ ਗੱਲਾਂ ਤੇ ਧਿਆਨ ਰੱਖੇ ਤੇ ਬਹੁਤ ਜ਼ਿਆਦਾ ਫਾਇਦੇਮੰਦ ਹੋ ਸਕਦਾ ਹੈ ਤੇ ਕਨਸੈਪਸ਼ਨ ਰੇਟ ਗਭੰਦਰ ਫੀਮੇਲ ਦੇ ਵਿੱਚ ਬਹੁਤ ਵਧੀਆ ਹੋਏਗਾ